सत श्री अकाल जी, तुसीं देख रहे हो अजी टीवी ते, मैं हां नर सिंह सिद्धू। जिथे कि प्रदूषण नूं लै के पराली का मुद्दा जिहड़ा हमेशा ही भखदा रहा हैगा, ते इस बार भी काफ़ी भखया होया हैगा, क्योंकि सरकारां किसानां ते दोष लाउंदियां कि जिहड़ी पराली हैगी इस नूं किसान अग लाउंदा ते इस नाल प्रदूषण बहुत फैलता है। पर जे अंकड़े जिहड़े कढ दित्ते गए हैगे उहदे विच सिर्फ 8% है जिहड़ा उह खेतीबाड़ी तों प्रदूषण है, ते बाकी दा जिहड़ा वो इंडस्ट्री जा व्हीकलों तो प्रदूषण हो रहा है, होर बख बख कारण है। पर जिहड़ी पराली का प्रदूषण है जो हो रहा है, यह सिर्फ 8% है, पर सारा दोष है जिहड़ा किसानों दे दिता जाता है। जे देखा जाए तो जिहड़ा दूसरे पासे मानयोग हाई कोर्ट वालों भी जिहड़ा आदेश दिए गए हैं कि किसानों नूं जिहड़ा प्रति क्विंटल जां प्रति एकड़ जिहड़ा मुआवजा दिता जाए, जां उन्हां नूं जिहड़ी मशीनरी है वह उपलब्ध कराई जाए, जे फिर भी किसान पराली नूं अग लाउंदे तां उहनां ते परचे दर्ज कीते जाण। पर सरकार वल्लों ना तां कोई मुआवजा दित्ता गया हैगा ते ना ही कोई मशीनरी पूरी उपलब्ध कराई गई है। इस नूं लै के किसान है जिहड़े उह पूरे पंजाब दे किसान जिहड़े इह सड़कां ते उतरे सन, जिला हैडक्वार्टरां ते पराली लै के आए सन। इसे तरह जिहड़ा बठिंडा दे किसान हैगे उह भी बठिंडा विखे हैडक्वार्टर ते जिहड़ा पराली दीआं ट्रालियां लै के आए सन, ते उहनां ने कहा सीगा कि ਤੁਸੀਂ ਇੰਨੀ ਕੁ ਪਰਾਲੀ ਸਾਂਭ ਲਓ ਤੇ ਬਾਕੀ ਪਰਾਲੀ ਅਸੀਂ ਆਪੇ ਸਾਂਭ ਲਾਂਗੇ। ਇਹ ਪਿਛਲੇ ਦਿਨੀ ਇੱਕ ਸਾਡੇ ਉੱਤਰੀ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਅਤੇ ਗੈਰ ਰਾਜਨੀਤਿਕ ਸੁਖਤ ਮੋਰਚੇ ਦੇ ਮੀਟਿੰਗ ਦੇ ਵਿੱਚ ਉਹ ਅੱਜ ਦੀ ਇਹ ਕਾਲ ਦਿੱਤੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈਡਕੁਆਟਰਾਂ ਤੇ ਕਿਸਾਨਾਂ ਦੇ ਖੇਤਾਂ 'ਚੋਂ ਪਰਾਲੀ ਦੀਆਂ ਜਿਹੜੀਆਂ ਟਰਾਲੀਆਂ ਭਰ ਕੇ ਇਹਨਾਂ ਦੇ ਹੈਡਕੁਆਟਰਾਂ 'ਤੇ ਲੈ ਕੇ ਆਉਣੀਆਂ ਨੇ। ਉਹਦੀ ਲੜੀ ਦੇ ਵਿੱਚੋਂ ਅੱਜ ਅਸੀਂ ਆਪਣੇ ਜਿਹੜੇ ਟਰੈਕਟਰ ਟਰਾਲੀਆਂ ਵੱਡੀ ਗਿਣਤੀ 'ਚ ਖੇਤਾਂ 'ਚੋਂ ਕਿਸਾਨਾਂ ਦੀ ਜਿਹੜੀ ਪਰਾਲੀ ਇਕੱਠੀ ਕਰਕੇ ਟਰਾਲੀਆਂ ਭਰ ਕੇ ਅਸੀਂ ਇੱਥੇ ਅੱਜ ਪਹੁੰਚੇ ਹਾਂ। ਇਕੱਲੇ ਬਠਿੰਡੇ 'ਚ ਆ ਜਾਂ ਪੂਰੇ ਪੰਜਾਬ ਭਰ ਕੇ? ਇਹ ਅੱਜ ਪੰਜਾਬ ਦੇ ਜਿੰਨੇ ਜ਼ਿਲ੍ਹੇ ਆ ਹਰ ਜ਼ਿਲ੍ਹੇ ਦੇ ਵਿੱਚ ਅਤੇ ਡੀ ਸੀਆਂ ਦੇ ਅਤੇ ਐਸ ਡੀਮਾਂ ਦੇ ਪੂਰੇ ਪੰਜਾਬ ਦੇ। ਪਰਾਲੀ ਹੈ ਜਿਹੜੀ ਉਹਦਾ ਕਰਨਾ ਕੀ ਹੈ, ਉਤਾਰ ਕੇ ਜਾਓਗੇ, ਲੈ ਕੇ ਜਾਓਗੇ, ਸਲਾਰੋਗੇ? ਜਿਹੜੀ ਪਰਾਲੀ ਲੈ ਕੇ ਆਏ ਹਾਂ ਅਸੀਂ ਕਿ ਵੱਡੀ ਗਿਣਤੀ ਦੇ ਵਿੱਚ, ਪਿੱਛੇ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਵੀ ਤੇ ਹੁਣ ਵੀ ਸਾਡੇ ਖੇਤਾਂ ਦੇ ਵਿੱਚ ਬੀਸੀ ਤੋਂ ਲੈ ਕੇ ਥੱਲੇ ਛੋਟੇ ਮੁਲਾਜ਼ਮ ਤੱਕ ਸਾਡੇ ਖੇਤਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜਾ ਫਾਈਬਰ ਗ੍ਰੇਡ ਆ ਜਿਹੜੇ ਉਹ ਲੈ ਕੇ ਜਾ ਰਹੇ ਨੇ, ਜਦਕਿ ਸਾਡੇ ਪਹਿਲਾਂ ਹੀ ਸਾਡੀ ਜਿਹੜੀ ਫਸਲ ਆ ਉਹ ਲੇਟ ਹੋ ਰਹੀ ਹੈਗੀ ਸਮੇਂ ਦੇ ਮੁਤਾਬਕ। ਕਿਸਾਨ ਟੈਕਸ਼ਨ ਦੇ ਵਿੱਚ ਆ, ਕਿਸਾਨ ਪਰੇਸ਼ਾਨੀ 'ਚ ਹੈ, ਜਿਸ ਕਰਕੇ ਅਸੀਂ ਪਰਾਲੀ ਆ ਜਿਹੜੀ ਇੱਥੇ ਲੈ ਕੇ ਆਏ ਹਾਂ ਪੂਰੇ ਪੰਜਾਬ ਦੀ। ਜਦੋਂ ਲਗਭਗ 2 ਵਜੇ ਤੋਂ ਪਹਿਲਾਂ ਸਾਰੇ ਅਸੀਂ ਆਪਣੇ ਜਿਹੜੇ ਹਰ ਜ਼ਿਲ੍ਹੇ ਦੇ ਵਿੱਚ ਆਪਣਾ ਜਿਹੜਾ ਅਸੀਂ ਆ ਜਾਵਾਂਗੇ। 2 ਵਜੇ ਤੋਂ ਬਾਅਦ ਪਰਾਲੀ ਦਾ ਕੀ ਕਰਨਾ, ਪਰਾਲੀ ਨੂੰ ਕਿੱਥੇ ਸਿੱਟਣਾ ਹੈ, ਪਰਾਲੀ ਨੂੰ ਰੱਖਣਾ, ਔਰ ਜਾਂ ਇਹਨਾਂ ਦੇ ਜਿਹੜੇ ਆਫਿਸ ਦੇ ਡੀ ਸੀ ਦਾ ਚਾਰ ਸਪੇਰੇ ਟਰਾਲੀਆਂ ਲਾਉਣੀਆਂ, ਇਹ 2 ਵਜੇ ਤੋਂ ਬਾਅਦ ਤੈਅ ਹੋਣਾ ਹੈਗਾ। ਉੱਪਰੋਂ 2 ਵਜੇ ਤੱਕ ਅਸੀਂ ਮਤਲਬ ਜਿਹੜਾ ਆਪਣੀਆਂ ਪੂਰੀਆਂ ਜਿੰਨੀਆਂ ਟਰਾਲੀਆਂ ਜਿਹੜੀਆਂ ਆ ਗਈਆਂ ਜਾਂ ਆ ਰਹੀਆਂ ਨੇਗੀਆਂ ਉਹਨਾਂ ਨੂੰ ਇੱਥੇ ਇਕੱਠੀਆਂ ਕਰਕੇ ਆਪਣੀ ਜਿਹੜਾ ਧਰਨਾ ਸ਼ੁਰੂ ਕਰਾਂਗੇ, ਤੇ 2 ਵਜੇ ਤੋਂ ਬਾਅਦ ਸਾਡਾ ਜਿਹੜਾ ਪ੍ਰੋਪਰ ਕਿ ਪਰਾਲੀ ਨੂੰ ਅਸੀਂ ਕਿਸ ਪਾਸੇ ਲੈ ਜਾਣਾ। ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਕਿ ਵੀ ਅਸੀਂ ਪੂਰੀ ਮਸ਼ੀਨਰੀ ਦਿੱਤੀ ਹੈ, ਫਿਰ ਵੀ ਕਿਸਾਨ ਅੱਗ ਲਾਈ ਜਾਂਦੇ। ਸੋ ਜਿਹੜਾ ਕਹਿ ਰਹੇ ਨੇ ਵੀ ਮਤਲਬ ਅਸੀਂ ਪੂਰੀ ਮਸ਼ੀਨਰੀ ਦਿੱਤੀ ਹੈ, ਸੋ ਸਾਡਾ ਬਠਿੰਡੇ ਜ਼ਿਲ੍ਹੇ ਦਾ ਪ੍ਰਸ਼ਾਸਨ ਜਿਹਦੇ ਨਾਲ ਲਗਭਗ ਸਾਡੀਆਂ ਘੱਟੋ ਘੱਟ 20 ਮੀਟਿੰਗਾਂ ਹੋਣਗੀਆਂ ਜਿਹੜੀਆਂ ਅਸੀਂ ਮੀਟਿੰਗਾਂ ਕੀਤੀਆਂ ਗਈਆਂ ਪਰਾਲੀ ਦੇ ਮੁੱਦੇ ਤੇ, ਤੇ ਹਰ ਮੀਟਿੰਗ ਦੇ ਵਿੱਚ ਸਾਡਾ ਪ੍ਰਸ਼ਾਸਨ ਇਹ ਮੰਨਿਆ ਕਿ 2-4 ਸਾਲਾਂ ਦੇ ਵਿੱਚ ਇਹ ਪ੍ਰੋਪਰ ਜਿਹੜਾ ਹੱਲ ਹੋ ਸਕਦਾ ਹੈਗਾ, ਪਰ ਐਟ ਏ ਟਾਈਮ ਇਹ ਨਹੀਂ ਹੱਲ, ਜਿੰਨੀ ਕੁ ਅਸੀਂ ਸਾਡੇ ਸਮਰੱਥਾ ਸੀ ਅਸੀਂ ਉਹਨੂੰ ਇੱਕ ਦੇਤੀ। ਔਰ ਜੇ ਆਪਾਂ ਮਤਲਬ ਪ੍ਰੋਪਰ ਗੱਲ ਕਰੀਏ ਤਾਂ ਲਗਭਗ ਜਦੋਂ ਅਸੀਂ ਇਹਨਾਂ ਨੂੰ ਮੀਟਿੰਗਾਂ ਦੇ ਵਿੱਚ ਹਰਾ ਕੇ ਗਏ ਹਾਂ ਕਿ ਭਾਈ ਦੱਸੋ ਕਿੰਨਾ ਸਾਨੂੰ ਮਸ਼ੀਨਰੀ ਦਿੱਤੀ, ਪਰਾਲੀ ਨੂੰ ਅੱਗ ਕਿਸਾਨ ਲਾ ਕੇ ਰਾਜੀ ਨਹੀਂ, ਪਰ ਮਜਬੂਰੀ ਹੈ ਕਿਸਾਨ ਦੀ। ਜਦੋਂ ਇਹ ਗੱਲ ਜਵਾਬ ਆਉਂਦਾ ਹੈ ਤਾਂ ਕਹਿੰਦੇ ਜੀ ਅਸੀਂ ਜਿਹੜੀਆਂ ਬੇਲਣ ਉਹ ਲਗਭਗ 170 ਦਿੱਤੇ, ਬਾਕੀ ਰੂਟਾ ਬੇਟਰ, ਬਾਕੀ ਹੈਪੀ ਸੀਟਰ ਅਸੀਂ ਉਹਨਾਂ ਨੂੰ ਮੌਕੇ 'ਤੇ ਨਕਾਰਤਾ ਵੀ ਇਹ ਸਾਡੇ ਕੰਮ ਹੀ ਨਹੀਂ, ਇਹ ਫੇਲਣ, ਇਕੱਲਾ ਜਿਹੜਾ ਬੇਲਣ ਹੈ ਉਹ ਅਸੀਂ ਮੰਨ ਲੈਂਦੇ ਹਾਂ, ਬੇਲਣ 170 ਹੈ ਅਤੇ ਪਿੰਡ ਕਿੰਨੇ ਨੇ, ਪਿੰਡ ਕਹਿੰਦੇ ਜੀ 270 ਹੈ। ਅਸੀਂ ਡੀ ਸੀ ਸਾਹਿਬ ਨੂੰ ਕਿਹਾ ਵੀ ਇੱਕ ਬੇਲਣ ਕਹਿ ਪਿੰਡਾਂ ਨੂੰ ਆਉਂਦਾ ਹੈ ਜਾਂ ਇੱਕ ਪਿੰਡ ਨੂੰ ਬੇਲਣ ਕਿੰਨੇ ਆਏ,
ਤਾਂ ਖੁਦ ਸਾਡੇ ਸਾਹਮਣੇ ਮੰਨਿਆ ਕਿ ਅੱਧਾ ਵੇਲਣ ਆਉਂਦਾ ਹੈ। ਫਿਰ ਅਸੀਂ ਇਹ ਵੀ ਆਧਾਰ ਦਿੱਤੀ ਕਿ ਠੀਕ ਹੈ ਅੱਧਾ ਵੇਲਣ ਆ ਗਿਆ। ਹੁਣ ਜੇ ਆਪਾਂ ਅੱਧੇ ਵੇਲਣ ਦੀ ਗੱਲ ਕਰੀਏ ਤਾਂ ਦੋ ਪਿੰਡਾਂ ਨੂੰ ਇੱਕ ਵੇਲਣ ਆਇਆ ਤੇ ਦੋ ਪਿੰਡਾਂ ਦੇ ਵਿੱਚ ਜਿਹੜੀ ਸਾਡੀ ਜੀਰੀ ਦੀ ਲਵਾਈ ਆ ਉਹ ਕਿੰਨੀ ਹੈ ਤਾਂ ਲਗਭਗ ਫਿਰ ਉਹ ਐਵਰੇਜ ਕੱਢੀ ਵੀ 3000 ਹੈ। ਤਾਂ ਫਿਰ ਅਸੀਂ ਸਵਾਲ ਕੀਤਾ ਵੀ 3000 ਏਕੜ ਜਿਹੜੀ ਜੀਰੀ ਹੈ ਤੇ ਇੱਕ ਵੇਲਣ ਸਾਡੇ ਸੀਜ਼ਨ ਦੇ ਵਿੱਚ ਉਹ ਕਿੰਨੇ 100 ਏਕੜ ਇਕੱਠੀ ਕਰੂਗਾ। ਤਾਂ ਬਕਾਇਦਾ ਸਾਡੇ ਮੰਨਿਆ ਡੀ ਸੀ ਸਾਹਿਬ ਕਿ ਜੀ 700 ਤੋਂ ਵੱਧ ਕਰ ਨਹੀਂ ਸਕਦਾ। ਜੇ ਹੁਣ 700 ਮੰਨ ਲਈਏ ਏਕੜ ਜੀਰੀ ਦੀ ਜਿਹੜੀ ਉਹ ਸਾਂਭ ਸੰਭਾਲ ਕਰ ਸਕਦਾ ਤਾਂ ਅਸੀਂ 300 ਫਿਰ ਦਿੱਤੀ ਵੀ 1000 ਮੰਨ ਲਓ ਜੀ ਆਪਾਂ 1000 ਕਰ ਲੂਗਾ ਤੇ 2000 ਨੂੰ ਦੱਸੋ ਅਸੀਂ ਕਿੱਥੇ ਲੈ ਕੇ ਜਾਈਏ। ਮੰਨਿਆ ਕਿ ਜੀ ਕਿਉਂਕਿ ਇਹ ਘਾਟ ਹੈ ਕਿ ਗਾਹਾਂ ਨੂੰ ਪੂਰੀ ਕਰ ਲਾਂਗੇ। ਸਾਨੂੰ ਇਹ ਦੱਸੋ ਵੀ ਅਸੀਂ ਇਹਨੂੰ ਲਜਾਈਏ ਕਿੱਥੇ। ਫਿਰ ਅਸੀਂ ਕਿਹਾ ਵੀ ਤੁਸੀਂ ਸਾਡਾ 1 ਕਿੱਲਾ ਜਿਹੜਾ ਉਹਨੂੰ ਬਾਹਰ ਕੱਢ ਕੇ ਦੇ ਦਿਓ, ਅਸੀਂ ਉਸ ਹਿਸਾਬ ਨਾਲ ਕਰ ਲਾਂਗੇ। ਪਰ ਇਹ ਵੀ ਕਹਿਣ ਨੂੰ ਤਿਆਰ ਨਹੀਂ, ਜਿਸ ਕਰਕੇ ਸਾਡੇ ਖਿਲਾਫ ਜਿਹੜੇ ਪਰਚੇ ਦਰਜ ਕਰਨੇ, ਰੈਡ ਐਂਟਰੀਆਂ ਕਰਨੀਆਂ ਔਰ ਸਾਡੀਆਂ ਸਬਸਿਡੀਆਂ ਬੰਦ ਕਰਨੀਆਂ, ਸਾਡੇ ਲਾਇਸੈਂਸ ਕੈਂਸਲ ਕਰਨੇ, ਜੇਕਰ ਅਸਲਾ ਲੈਣਾ ਤਾਂ ਲਾਇਸੈਂਸ ਨਹੀਂ ਬਣਾਉਣਾ। ਸੋ ਇਹ ਜਿਹੀਆਂ ਜਿਹੜੀਆਂ ਸਾਡੇ ਕੰਡੀਸ਼ਨਾਂ ਲਾ ਕੇ ਸਾਡੀ ਸਰਕਾਰ ਨੇ ਔਰ ਸਾਨੂੰ ਮਜਬੂਰ ਕਰਤਾ ਇਹ ਕਦਮ ਚੁੱਕਣ ਲਈ। ਸੋ ਅੱਜ ਜੇ ਮੰਗ ਕਰ ਰਹੇ ਹਾਂ ਅਸੀਂ ਕਿ ਉਹ ਜਿਹੜੀਆਂ ਕੰਡੀਸ਼ਨਾਂ ਸਾਰੀਆਂ ਰੱਦ ਕਰਨ, ਵਾਪਸ ਲੈਣ ਔਰ ਕਿਸਾਨ ਦਾ ਜੇ ਅੱਜ 15 ਤਰੀਕ ਤੱਕ ਕਿਸਾਨ ਦੀ ਜੇ ਬਿਜਾਈ ਹੁੰਦੀ ਹੈ ਪ੍ਰੋਪਰ ਸਮੇਂ ਦੇ ਮੁਤਾਬਕ ਠੀਕ ਹੈ, ਜੇਕਰ 15 ਤਰੀਕ ਤੋਂ ਬਾਅਦ ਜਿਹੜੀ ਕਣਕ ਹੈ ਬੀਜਣੀ ਹੈ ਤਾਂ 30 ਕਿਲੋ 1 ਏਕੜ ਦੀ ਜਿਹੜੀ ਸਾਡੇ 1 ਦਿਨ ਦੀ ਉਹ ਘਾਟ ਪੈਣੀ ਹੈ। ਅੱਜ 5 ਦਿਨ ਹੋ ਗਏ, ਜੇ 5 ਦਿਨਾਂ ਦਾ ਆਪਾਂ ਲਾਈਏ ਤਾਂ ਲਗਭਗ ਸਾਡੇ ਹਿਸਾਬ ਨਾਲ 2 ਕੁਆਟਲ ਸਾਡੀ ਜਿਹੜੀ ਕਣਕ ਦੀ ਘਾਟ ਪੈ ਗਈ ਔਰ ਅਸੀਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਔਰ ਬੇਨਤੀ ਕਰਾਂਗੇ ਕਿ ਸਾਡੇ 5 ਦਿਨਾਂ ਦੇ ਵਿੱਚ ਜੇਕਰ ਲਗਭਗ ਸਾਡੀ 4 ਜਾਂ 5 ਮਣ ਕਣਕ ਦੀ ਕਟੌਤੀ ਪੈਂਦੀ ਹੈ ਤੇ ਸਰਕਾਰ ਉਹਦੀ ਪੂਰਤੀ ਕਰੇ ਔਰ ਨਹੀਂ ਕਿਸਾਨ ਮੂਹਰੇ ਫਿਰ ਇਹ ਸੜਕਾਂ ਤੇ ਆਉਣ ਲਈ ਮਜਬੂਰ। ਇਹ ਕਹਿੰਦੇ ਵੀ ਜੇ ਪਾਸਪੋਰਟ ਨਹੀਂ ਬਣਨਗੇ ਜਾਂ ਲਾਇਸੈਂਸ ਨਹੀਂ ਬਣਨਗੇ ਜੇ SHO ਦੇ ਕਿਤੇ ਕਾਰਵਾਈ ਹੋ ਜਿਹੜੇ ਦੇ ਏਰੀਆ ਚੱਕ ਲੱਗੇ, ਫਿਰ ਮੰਤਰੀਆਂ ਤੇ ਜਾਂ MLA ਤੇ ਕਿਉਂ ਨਹੀਂ ਕਾਰਵਾਈ ਹੁੰਦੀ ਉਹਦੇ ਏਰੀਆ ਚ ਲੱਗਦੀ? ਸੋ ਦੇਖੋ ਗੱਲ ਇਹੀ ਆ ਗਈ ਨਾ ਕਿ ਅੱਜ ਸਾਡੇ ਤੇ ਤੈਨਾਤ ਕਰਤੇ ਜਿਹੜੀ ਪੁਲਿਸ ਮਹਿਕਮੇ ਦੇ ਮੁਖੀ SHO ਥਾਣਿਆਂ ਦੇ ਉਹਨੂੰ ਏਰੀਆ ਦਿੱਤਾ ਕਿ ਇੰਨੇ ਏਰੀਏ ਦੇ ਵਿੱਚ ਜੇਕਰ ਤੇਰੇ ਪਰਾਲੀ ਨੂੰ ਅੱਗ ਲੱਗਦੀ ਹੈ ਤਾਂ ਤੇਰੇ ਤੇ ਕਾਰਵਾਈ ਹੋਣੀ ਹੈ। ਤਾਂ ਸਾਡਾ ਸਵਾਲ ਹੈ ਕਿ ਅੱਜ ਸਾਡੇ ਪੰਜਾਬ ਦੇ ਵਿੱਚ ਨੌਜਵਾਨੀ ਨਸ਼ੇ ਦੇ ਨਾਲ ਮਰ ਰਹੀ ਹੈ, ਨਸ਼ੇ ਨਾਲ ਮਰ ਰਹੀ ਹੈ, ਇਹ ਕਿਉਂ ਨਹੀਂ ਪੰਜਾਬ ਸਰਕਾਰ ਤੈਅ ਕਰਦੀ ਕਿ ਜਿਹੜੇ ਇਲਾਕੇ ਦੇ ਵਿੱਚ ਜਿਹੜੇ ਏਰੀਏ ਦੇ ਵਿੱਚ ਨਸ਼ੇ ਦੇ ਨਾਲ ਸਾਡਾ ਨੌਜਵਾਨ ਵੀਰ ਮਰਦਾ ਹੈ ਤੇ ਉਹਦੀ ਫਿਕਸ ਕੀਤੀ ਜਾਵੇ, ਪਹਿਲਾਂ SHO ਫਿਰ SSB ਤੇ DSB ਚੌਥਾ ਇੱਥੋਂ ਉਸ ਇਲਾਕੇ ਦਾ MLA 14 ਦੇ ਪਰਚਾ ਦਰਜ ਕਿਉਂ ਨਹੀਂ ਹੁੰਦਾ? ਸੋ ਇਹ ਜਿਹੜੇ ਖਾਣ ਨੂੰ ਦੰਦ ਹੋਣਗੇ ਤੇ ਦਿਖਾਉਣ ਨੂੰ ਦੰਦ ਹੋਣਗੇ ਪੰਜਾਬ ਸਰਕਾਰ। ਮਤਲਬ ਜਿਹੜਾ ਮੈਂ ਫਾਰ ਐਗਜ਼ਾਮਪਲ ਉੱਥੇ ਮੇਰੇ ਖਿਆਲ 'ਚ ਗਿਣਤੀ ਦੀਆਂ 10 ਮਸ਼ੀਨਾਂ ਵੀ ਨਹੀਂ, ਮਤਲਬ ਜਿਹੜੀਆਂ ਬੇਲਰ ਗਏ 12, ਸਾਨੂੰ ਵੀ ਇਹੀ ਕਿਹਾ ਸੀ ਬਠਿੰਡੇ ਜ਼ਿਲ੍ਹੇ ਇੱਕ ਜੇ ਪਿੰਡ ਨੂੰ ਮੰਨ ਵੀ ਲਵੇ ਤੁਸੀਂ 200 ਕਿਹਾ, ਠੀਕ ਹੈ 270 ਪਿੰਡ ਫਿਰ ਵੀ ਵਾਂਝੇ ਰਹਿ ਗਏ, ਚਲੋ ਮੰਨ ਲਓ 270 ਹੀ ਮੰਨ ਲਓ, ਇੱਕ ਵੇਲਰ ਇੱਕ ਪਿੰਡ ਨੂੰ ਆਉਂਦਾ ਰਕਬਾ ਕਿੰਨਾ ਕਵਰ ਕਰਦਾ? ਉਹ 10 ਕਿੱਲੇ ਇਕੱਠਾ ਬਣਦਾ, 10 ਦਿਨਾਂ ਦੇ ਵਿੱਚ 100 ਕਿੱਲਾ, ਜੇ ਕਿ ਪਿੰਡ ਦੇ ਵਿੱਚ 1500 ਕਿੱਲਾ ਝੋਨੇ ਦਾ, ਕਿਤੇ 2500 ਹੈ ਕਿਤੇ ਘੱਟ ਹੈ, ਅੰਕੜੇ 1500 ਦਾ ਰੇਟ ਤੇੜ ਹੈ, ਤਾਂ ਸਾਨੂੰ ਕਿੰਨੇ ਸਮਾਂ ਚਾਹੀਦਾ ਹੈ? ਐਗਰੀਕਲਚਰ ਚਾਹੁੰਦਾ ਹੈ ਕਿ 15 ਨਵੰਬਰ ਜਿਹੜਾ ਲੰਘ ਸਮਾਂ, ਇਦੋਂ ਬਾਅਦ ਤੁਸੀਂ ਕਣਕ ਬੀਜੋਗੇ ਲੇਟ, ਉਹਦਾ ਝਾੜ ਘੱਟ, ਕੀ ਇਹਦੀ ਪੂਰਤੀ ਸਰਕਾਰ ਕਰੂਗੀ ਸਾਡੀ? ਤਾਂ ਇਸ ਨੂੰ ਲੈ ਕੇ ਉੱਚ ਅਧਿਕਾਰੀ ਇੱਥੇ ਪਹੁੰਚੇ, ADC ਮੈਡਮ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਇਸ ਵਾਰ ਤੁਸੀਂ ਇਹ ਪਰਾਲੀ ਵਾਪਸ ਲੈ ਜਾਵੋ ਤੇ ਉਹਨਾਂ ਨੇ ਰਿਕੁਐਸਟ ਕੀਤੀ ਕਿ ਅਸੀਂ ਤੁਹਾਡੀ ਜਿਹੜੀ ਪਰਾਲੀ ਹੈ ਇਹਦਾ ਜ਼ਰੂਰ ਪ੍ਰਬੰਧ ਕਰਾਂਗੇ, ਜਿੱਥੇ ਨਹੀਂ ਚੱਕੀ ਗਈ ਉੱਥੇ ਹੋਰ ਵੇਰਲੇ ਭੇਜਾਂਗੇ ਤੇ ਅਗਲੇ ਸਾਲ ਤੱਕ ਅਸੀਂ ਪੂਰਾ ਪ੍ਰਬੰਧ ਕਰਾਂਗੇ। ਇਸ ਨੂੰ ਲੈ ਕੇ ਜਿਹੜੇ ਕਿਸਾਨ ਸੀ ਉਹ ਸਹਿਮਤ ਹੋ ਗਏ ਕਿ ਟਰਾਲੀਆਂ ਸੀ ਜਿਹੜੀਆਂ ਉਹ ਹੁਣ ਵਾਪਸ ਜਾ ਰਿਹਾ ਹੈ। ਬਠਿੰਡਾ ਤੋਂ ਅਜੀਤ TV ਲਈ ਨਰਸਿੰਘ ਸਿੱਧੂ ਦੀ ਰਿਪੋਰਟ।